ਸਤਿ ਸ਼੍ਰੀ ਅਕਾਲ ਵੀਰ ਜੀ, ਆਹ ਵੀਰੇ ਡੌਗ ਆਪਣੀ ਨੇ ਜੀ? ਹਾਂਜੀ ਹਾਂਜੀ ਬਾਈ ਜੀ, ਆਪਣੇ ਹੀ ਨੇ ਜੀ। ਵੀਰੇ ਕਿਹੜੀ ਨਸ, ਕਿਹੜੀ ਬਰੀਡ ਹੈ ਜੀ? ਇਹ ਅਮੈਰੀਕਨ ਬੁਲੀ ਹੈ ਜੀ। ਅਮੈਰੀਕਨ ਬੁਲੀ ਵੀਰ ਜੀ, ਤੁਹਾਡੇ ਕੋਲ ਸਟੱਡ ਵੀ ਨੇ ਜੀ ਇਹਨਾਂ ਦੇ? ਹਾਂਜੀ ਹਾਂ, ਇਹ ਦੋਨੋਂ ਸਟੱਡ ਨੇ ਜੀ। ਅੱਛਾ, ਇਹ ਸਟੱਡ ਸਰਵਿਸ ਦਿੰਦੇ ਜੀ ਤੁਸੀਂ? ਹਾਂਜੀ ਬਿਲਕੁਲ ਬਿਲਕੁਲ ਜੀ। ਕਿੰਨੇ ਚਾਹੀ ਵੀਰੇ? ਵੀ ਚੰਗੀਆਂ ਫੀਮੇਲਾਂ 'ਤੇ ਛੱਡਦੇ ਹਾਂ ਜੀ ਆਪਾਂ। ਹਾਂਜੀ, ਬਾਏ ਕੈਸ਼ ਤਾਂ 15,000 ਆ। ਹਾਂਜੀ, ਊਂ ਬੱਚੇ 'ਤੇ ਵੀ ਕਰ ਲੈਂਦੇ? ਪੱਪ 'ਤੇ ਵੀ ਕਰ ਲੈਂਦੇ ਹਾਂ। ਪੱਪ 'ਤੇ ਵੀ ਕਰ ਲੈਂਦੇ ਜੇ ਕੋਈ ਆਪਣਾ ਜਾਣ ਪਛਾਣ ਦਾ ਰਿਹਾ ਜੀ ਵਾਲਾ ਹੁੰਦਾ। ਇਹ ਕੇਸੀ ਪੇਪਰ ਵਾਲੇ ਜੀ ਸਰ? ਹਾਂਜੀ ਬਿਲਕੁਲ, ਕੇਸੀ ਪੇਪਰ ਨਾਲ ਰਜਿਸਟਰਡ ਨੇ। ਹਾਂਜੀ ਹਾਂ, ਉਹ ਫੀਮੇਲ ਆ ਤੁਹਾਡੇ ਲਈ? ਇਹ ਫੀਮੇਲ ਆ ਜੀ। ਅੱਛਾ ਜੀ, ਇਹ ਕਿੰਨੇ, ਏਜ ਕਿੰਨੀ ਹੈ ਜੀ ਇਹਦੀ? ਇਹ 8 ਮਹੀਨਿਆਂ ਦੀ ਹੈ ਜੀ। 8 ਮਹੀਨੇ ਦੀ ਜੀ? ਇਹ ਹਜੇ ਮਤਲਬ ਕੋਈ ਬੱਚਾ ਨਹੀਂ, ਹਲੇ 2 ਮਹੀਨੇ ਬਾਅਦ ਇਹਨਾਂ ਬੱਚੇ ਬੱਚੇ ਮਾਰੇ ਫੇਰ ਦਊਗਾ। ਠੀਕ ਹੈ ਜੀ ਵੀਰੇ। ਹਾਂਜੀ, ਤੇ ਇਹਨਾਂ ਦੇ ਬੱਚੇ ਤੁਹਾਡੇ ਲਈ ਅਵੇਲੇਬਲ ਨਹੀਂ ਇਹਨਾਂ ਦੇ? ਹਾਂਜੀ ਬਿਲਕੁਲ, ਹੁਣ ਮਿਲ ਜਾਣਗੇ ਜੇ ਹੁਣ ਕਿਸੇ ਲੈਣ। ਹੁਣ ਕਿੰਨੇ ਦਾ ਬੱਚਾ ਜੀ ਇਹਨਾਂ ਦਾ? ਹੁਣ 20,000 ਦਾ ਬੱਚਾ ਦੇ ਦਾਂਗੇ ਆਪਾਂ, 15-20,000 ਦਾ ਜੀ। ਕੁਆਲਿਟੀ ਦੇ ਹਿਸਾਬ ਨਾਲ? ਕੁਆਲਿਟੀ ਦੇ ਹਿਸਾਬ ਨਾਲ, ਠੀਕ ਹੈ। ਮਦਰ ਸਾਈਡ ਨਾਲ ਦੇਖਣੀ ਪੈਂਦੀ ਹੈ ਵੀ ਕਿਹੋ ਜੀ ਲੱਗੀ ਹੋਈ ਹੈ, ਹਨਾ? ਹਾਂਜੀ ਹਾਂ, ਹਾਂਜੀ 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 ਆਪਾਂ ਪੱਪੀ ਦੇ ਦਿੰਦੇ ਜੀ। ਠੀਕ ਹੈ ਵੀ, ਆਪਣੀ ਲੋਕੇਸ਼ਨ ਕੀ ਹੈ ਜੀ? ਆਪਣੀ ਹੁਸ਼ਿਆਰਪੁਰ ਹੈ ਜੀ। ਅਤੇ ਆਪਣਾ ਕੰਟੈਕਟ ਨੰਬਰ ਬੋਲਦੇ ਜੀ? 94-30-60-22। ਇਹ ਬਾਈ ਦਾ ਕੰਟੈਕਟ ਨੰਬਰ ਆ ਜੀ। ਜੇ ਕਿਸੇ ਬਾਈ ਨੂੰ ਬੱਚੇ ਚਾਹੀਦੇ ਹੋਣ, ਸਟੱਡ ਸਰਵਿਸ ਚਾਹੀਦੀ ਹੋਵੇ ਇਹਨਾਂ ਦੀ, ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦਾ ਜੀ। ਅਤੇ ਵੀ ਜੀ, ਕੋਈ ਹੋਰ ਨਸਲ ਵੀ ਰੱਖੀ ਆਪਣੇ ਘਰੇ? ਨਹੀਂ ਜੀ, ਫਿਲਹਾਲ ਇਹੀ ਨਹੀਂ। ਫਿਲਹਾਲ ਇਹੀ ਨਹੀਂ ਜੀ। ਧੰਨਵਾਦ ਜੀ, ਧੰਨਵਾਦ।